ਕੀ ਹੋਇਆ ਬੱਚਿਓ ਕੀ ਹੋਇਆ ਸਾਨੂੰ ਡਰਾਗਾ ਨੇ ਰਗਵਾ ਕੀਤਾ ਸੀਗਾ ਇੱਥੇ ਮੇਰਾ ਬੱਚੇ ਤੇ ਬਹਿ ਜਾਓ ਖੈਰ ਕੀ ਬਣਿਆ ਤੁਹਾਨੂੰ ਕਿਹਨੇ ਅਗਵਾ ਕਰ ਲਿਆ ਅਸੀਂ ਮੇਲਾ ਬਾਹਰ ਰਹਿੰਦੇ ਸੀ ਮੈਂ ਆਪਣੀ ਮੰਮੀ ਦੇ ਨਾਲ ਔਰ ਮੈਂ ਆਪਣੀ ਭੈਣ ਦੇ ਨਾਲ ਅਸੀਂ ਬਾਜ਼ਾਰ ਆਏ ਮੇਰੀ ਮੰਮੀ ਕੱਪੜੇ ਲੈ ਰਹੀ ਸੀ ਕਿ ਮੇਰੀ ਮੰਮੀ ਕੱਪੜੇ ਚੇਂਜ ਕਰਵਾਉਣ ਗਈ ਤੇ ਉਹਦੇ ਦਰਸ਼ ਜ਼ਿਆਦਾ ਹੋ ਗਿਆ ਸਾਡੀ ਮੰਮੀ ਉੱਤੇ ਪਤਾ ਨਹੀਂ ਕਿਤੇ ਗਈ ਅਸੀਂ ਉੱਥੋਂ ਦੇ ਆਏ ਇੱਕ ਭਾਈ ਕਹਿੰਦਾ ਤੁਹਾਨੂੰ ਸਾਡੀ ਮੰਮੀ ਦੇ ਕੋਲ ਮੈਂ ਲੈ ਜਾਣਾ ਵਾ ਅੱਗੇ ਜਾ ਕੇ ਉਹਨੇ ਸਾਡੇ ਮੂੰਹ ਤੇ ਅੱਗੇ ਸਪਰੇਅ ਕਰਤੀ ਫਿਰ ਇਹ ਜ਼ਾਲਮ ਮੇਰਾ ਬੱਚਾ ਹੌਸਲਾ ਕਰੋ ਤੁਹਾਨੂੰ ਕੋਈ ਡਰਾਗ ਕਰ ਲੈ ਖਵਾਵਾਂ ਕੋ ਪਾਣੀ ਛਾਣੀ ਪੀਣਾ ਤੁਸੀਂ ਨਹੀਂ ਅਜੀ ਮੇਰੇ ਮੇਬੂ ਕੋ ਜਾਣਾ ਕੋਈ ਨਹੀਂ ਕਰ ਦਿਓ ਕੋਈ ਨਹੀਂ ਹੌਸਲਾ ਕਰੋ ਅਸਲਮ ਜੀ ਕੀ ਹਾਲ ਅੰਕਲ ਬਾਲਾ ਠੀਕ ਹੋ ਠੀਕ ਠਾਕ ਤਵੀ ਅਸੇ ਠੀਕ ਹੈ ਅੱਛੋ ਜੀ ਟਾਇਰ ਵਗੈਰ ਗੱਡੀ ਦੇ ਦੇਗੇ ਇਹ ਬੱਚੀਆਂ ਕੌਣ ਹਨ ਇਹ ਬੱਚੀਆਂ ਕਿਸੇ ਨੇ ਅਗਵਾ ਕਰ ਲਈਆਂ ਸੀ ਤੇਰੇ ਅੱਕੋ ਬਤਵਾ ਟੁਕਲ ਕਿਸ ਤਰ੍ਹਾਂ ਆਈਆਂ ਇਹ ਤੂੰ ਨਸਦੀਆਂ ਆਈਆਂ ਅੱਛਾ ਅੱਛਾ ਇਹ ਮਸਲਾ ਬਣਿਆ ਅੱਛੋ ਟਾਇਰ ਤਾਂ ਕਿਉਂ ਪੰਜਰ ਲੱਗ ਗਿਆ ਓਕੇ ਅੱਜ ਦਾ ਕੰਮ ਬਾਬਾ ਬਾਲਾ ਵੇਖੋ ਜਦੋਂ ਵੀ ਆਵੀ ਘੰਟਾ ਘੰਟਾ ਤੁਸੀਂ ਕੰਮ ਕਰਦੇ ਵੀ ਨਹੀਂ ਨਹੀਂ ਕੰਮ ਕਰ ਲਓ ਤਾਂ ਸਾਫ਼ ਜਵਾਬ ਦਿੱਤਾ ਕਰੋ ਮਿਹਰਬਾਨੀ ਕਰੋ ਕੰਮ ਨਹੀਂ ਹੋ ਸਕਦਾ ਚਲੋ ਕੰਮ ਕਰਾਂ ਅੱਛਾ ਹੋ ਜਾ ਚਲੋ ਠੀਕ ਹੈ ਬਾਕੀ ਤੁਸੀਂ ਕਿੱਥੋਂ ਆਏ ਹੋ ਬੱਚਾ ਫੈਸਲਾਬਾਦੋਂ ਜੀ ਇਹ ਤਾਂ ਮੁਲਤਾਨ ਹੈ ਤੁਹਾਨੂੰ ਕੌਣ ਲੈ ਕੇ ਆਇਆ ਇੱਥੇ ਇੱਕ ਅੰਕਲ ਲੈ ਕੇ ਆਇਆ ਇੱਥੇ ਉਹ ਕੌਣ ਹੈ ਅੰਕਲ ਕਿੱਥੋਂ ਦਾ ਹੈ ਮੇਰੀ ਮੰਮਾ ਕੱਪੜੇ ਬਦਲਾਣ ਗਈ ਅੰਕਲ ਨੇ ਕਿਹਾ ਤੁਹਾਨੂੰ ਤੁਹਾਡੀ ਮੰਮੀ ਕੋਲ ਲੈ ਕੇ ਜਾਣਾ ਥੋੜਾ ਅੱਗੇ ਜਾ ਕੇ ਨੇ ਸਪਰੇਅ ਕੀਤੀ ਉਹਨੇ ਸਾਨੂੰ ਨਸ਼ਾ ਦੇ ਹੋ ਗਿਆ ਫਿਰ ਜਿੱਦ ਸਾਡੀ ਅੱਖ ਖੁੱਲੀ ਅਸੀਂ ਇੱਕ ਟਰੱਕ ਦੇ ਵਿੱਚ ਸੀਗੇ ਅਸੀਂ ਟਰੱਕ ਕਿੱਥੇ ਟਰੱਕ ਕਿੱਥੇ ਆਈ ਹਾਂਜੀ ਉਹ ਜਿਹੜਾ ਉੱਤੇ ਖਲੋਤਾ ਥੋੜੀ ਦੇਰ ਪਹਿਲੇ ਖੜਾ ਹੀ ਵਾਈਟ ਕਲਰ ਦਾ ਟਰੱਕ ਨਾ ਇੱਥੇ ਅੱਛਾ ਉਸ ਦੇ ਵਿੱਚੋਂ ਤੁਸੀਂ ਨਿਕਲੇ ਹੋ ਜੀ ਉਹਦੇ ਵਿੱਚ ਸਾਨੂੰ ਪਤਾ ਹੀ ਨਹੀਂ ਲੱਗਾ ਅਗਰ ਸਾਨੂੰ ਪਤਾ ਚੱਲ ਜਾਂਦਾ ਨਾ ਤੇ ਅਸੀਂ ਉਹਨਾਂ ਨੰਦਰ ਕਰਾ ਦੇਣੇ ਅੱਛਾ ਤੁਸੀਂ ਇਸ ਤਰ੍ਹਾਂ ਕਰੇ ਬੱਚੀਆਂ ਨਾ ਮੈਂ ਲੈ ਜਾਣਾ ਘਰ ਇਹਨਾਂ ਨੂੰ ਭੁੱਖ ਵਗੈਰੇ ਲੱਗੀ ਉਹਨਾਂ ਖਾਦਾ ਵੀ ਕੁਛ ਨਹੀਂ ਹੋਣਾ ਨਹੀਂ ਜੀ ਆਪਣੇ ਘਰ ਜਾਣਾ ਨਹੀਂ ਨਹੀਂ ਬੱਚਾ ਤੁਹਾਨੂੰ ਸਾ ਘਰ ਦੇ ਐਡਰੈਸ ਦਾ ਪਤਾ ਹੈ ਨਾ ਹਾਂਜੀ ਠੀਕ ਹੈ ਕੋਈ ਮਸਲਾ ਨਹੀਂ ਅਸੀਂ ਤੁਹਾਨੂੰ ਘਰ ਪਹੁੰਚਾ ਦੇਾਂਗੇ ਚਲੋ ਆ ਜਾਓ ਆ ਜਾਓ ਆ ਜਾਓ ਰੋਟੀ ਵਗੈਰਾ ਖਾਓ ਫਰੈਸ਼ ਹੋਵੋ ਆ ਜਾਓ ਨਾਲ ਹੀ ਮੇਰੇ ਘਰ ਚਲ ਬੱਚੇ ਚਲੋ ਅੱਲਾ ਤੁਹਾਨੂੰ ਚਲੋ ਚਲ ਮੇਰੇ ਨਾਲ ਬਸ ਕੋਈ ਮਸਲਾ ਨਹੀਂ ਵੈਸੇ ਅਗਵਾ ਹੋ ਕੇ ਆਈਆਂ ਨੇ ਇਹਨਾਂ ਨੂੰ ਲੈ ਚੱਲਦੇ ਆ ਆ ਜਾਓ ਆ ਜਾਓ ਆ ਜਾਓ ਜੀ ਬੇਟਾ ਇਧਰ ਆਓ ਇਧਰ ਆਓ ਮੇਰਾ ਬੱਚਾ ਇਧਰ ਆਓ ਇਧਰ ਬੈਠੋ ਨਾ ਇਧਰ ਆਓ ਓਹੋ ਕੀ ਹੋ ਗਿਆ ਕੀ ਪਤਾ ਨਹੀਂ ਆ ਬੱਚੀਆਂ ਨੌਵੀਂ ਬਾਈ ਕਿਦੋਂ ਲੈ ਆਇਆ ਤੇ ਰੋਂਦੀਆਂ ਪਈਆਂ ਉੱਤੇ ਚੜਾ ਉੱਤੇ ਇਧਰ ਬੈਠੋ ਪੈਰ ਹੋਈ ਕੀ ਹੋਇਆ ਇਹਨਾਂ ਨੂੰ ਜੇ ਪਾਣੀ ਲੈ ਆਇਆ ਇਹਨਾਂ ਵਾਸਤੇ ਇਧਰ ਬੈਠੋ ਨਾ ਹੁਣ ਮੈਂ ਦੱਸੋ ਨਾ ਇਧਰ ਮੇਰਾ ਪੁੱਤ ਦੇ ਸਾਹਮਣੇ ਕੋ ਹੋਵੇ ਇਹ ਇੱਥੇ ਆਵੇ ਇਧਰ ਆ ਕੀ ਹੋਇਆ ਹੈ ਨੌਵੀਂ ਬਾਈ ਕੋ ਇਹ ਕਿੱਥੋਂ ਮਿਲੀਆਂ ਕਿੱਥੋਂ ਨੇ ਤੁਹਾਨੂੰ ਆਪੀ ਉੱਥੇ ਸ਼ੋਪ ਤੇ ਮੈਂ ਗਿਆ ਤੇ ਰੋਡ ਦੇ ਉੱਤੇ ਬੈਠੀਆਂ ਸ਼ੋਪ ਦੇ ਉੱਤੇ ਅੱਛਾ ਤੇ ਮੈਂ ਉਹਨਾਂ ਕੋਲ ਪੁੱਛੋ ਇਹਨਾਂ ਬੱਚੀਆਂ ਅਗਵਾ ਕਿਹੋ ਕੇ ਆਈਆਂ ਅੱਛਾ ਤੇ ਮੈਂ ਬਸ ਇਹਨਾਂ ਲੈ ਕੇ ਆ ਕੇ ਮੈਂ ਤਾਂ ਬੜਾ ਪਰੇਸ਼ਾਨ ਹਾਂ ਛੋਟੀਆਂ ਛੋਟੀਆਂ ਹਨ ਇਹ ਜਿੰਨਾਂ ਦੀਆਂ ਬੱਚੀਆਂ ਨੂੰ ਕੋਈ ਅਗਵਾ ਕਰਕੇ ਉਹਨਾਂ ਨੂੰ ਰੱਬ ਤੋਂ ਡਰ ਵੀ ਨਹੀਂ ਲੱਗਦਾ ਔਰ ਪਾਣੀ ਦੇ ਆ ਲੈ ਮੇਰਾ ਬੱਚਾ ਪਾਣੀ ਪੀ ਪਾਣੀ ਤੁਹਾਨੂੰ ਆਪਣੀ ਅੰਮੀ ਦਾ ਪਤਾ ਹੈ ਨਹੀਂ ਪਤਾ ਤੇ ਇੱਥੇ ਕਿਵੇਂ ਆਈ ਹੋ ਤੁਸੀਂ ਕੌਣ ਲੈ ਕੇ ਆਇਆ ਤੁਹਾਨੂੰ ਇੱਥੇ ਅਸੀਂ ਆਪਣੀ ਮੰਮਾ ਦੇ ਨਾਲ ਬਾਜ਼ਾਰ ਆਏ ਸੀਗੇ ਉੱਥੇ ਸਾਡੀ ਮੰਮਾ ਦੇ ਨਾਲ ਸਾਡਾ ਹੱਥ ਛੁੱਟ ਗਿਆ ਤੇ ਫੇਰ ਮੇਰੀ ਮੰਮਾ ਦੇ ਮੰਮਾ ਨੂੰ ਲੱਗਾ ਸੀ ਮੰਮਾ ਜੀ ਪਿੱਛੇ ਪਿੱਛੇ ਆ ਉੱਥੇ ਇੱਕ ਅੰਕਲ ਆਏ ਸਾਨੂੰ ਆਪਣੇ ਨਾਲ ਲੈ ਗਏ ਬੱਚਾ ਨਾ ਟੈਨਸ਼ਨ ਲੈ ਜਿਹੜੀ ਜਗ੍ਹਾ ਤੇ ਤੁਸੀਂ ਪਹੁੰਚੋ ਬਿਲਕੁਲ ਸੇਫ ਹੋ ਤੁਹਾਨੂੰ ਕੋਈ ਇਸ਼ੂ ਨਹੀਂ ਹੁੰਦਾ ਹੁਣ ਅਸੀਂ ਤੁਹਾਡੇ ਵਾਲਦਿਆਂ ਤੱਕ ਤੁਹਾਨੂੰ ਪਹੁੰਚਾ ਦੇਾਂਗੇ ਦੱਸੋ ਨਾ ਆਪੀ ਮੇਰਾ ਬੇਟਾ ਤੁਸੀਂ ਨਾ ਪਰੇਸ਼ਾਨ ਹੋਵੋ ਤੁਹਾਨੂੰ ਤੁਹਾਡੇ ਅੰਮੀ ਅਬੂ ਤੱਕ ਅਸੀਂ ਪਹੁੰਚਾ ਦੇਵਾਂਗੇ ਤੇ ਨੌਵੀਂ ਬਾਈ ਤੁਸੀਂ ਐਵੇਂ ਕਰੋ ਨਾ ਤੁਸੀਂ ਗੱਡੀ ਦਾ ਅਰੇਂਜ ਕਰੋ ਤੇ ਮੇਰਾ ਬੇਟਾ ਤੇਰੀ ਅੰਮੀ ਅਬੂ ਦਾ ਨਾਮ ਯਾਦ ਹੈ ਨਾ ਤੈਨੂੰ ਜੀ ਦੱਸੋ ਬਰ ਕੀ ਨਾਮ ਹੈ ਮੈਂ ਵੀ ਸਮਰ ਬਸ ਮਤ
ਨਾਮ ਹੀ ਇਹਨਾਂ ਦੇ ਅੰਮੀ ਅਬੂ ਦੇ ਯਾਦ ਨੇ ਤੇ ਐਡਰੈਸ ਦਾ ਹੀ ਥੋੜਾ ਬਹੁਤ ਪਤਾ ਹੈ ਤੁਸੀਂ ਬਸ ਗੱਡੀ ਦਾ ਅਰੇਂਜ ਕਰੋ ਨਾ ਤੇ ਇਹਨਾਂ ਛੋੜਾ ਵੀ ਇਹਨੇ ਤੇ ਇਹਨਾਂ ਨੇ ਰੋ ਰੋ ਕੇ ਨਾ ਐਵੇਂ ਹਲਕਾ ਹੋ ਜਾਣਾ ਪੀ ਲਓ ਬੱਚੀ ਪੀ ਲਓ ਪਾਣੀ ਪੀ ਲਓ ਪੀ ਲਓ ਮੇਰਾ ਬੇਟਾ ਪਾਣੀ ਪੀ ਲਓ ਚਲੋ ਬਸ ਨੋਮੀ ਬਾਈ ਤੁਸੀਂ ਉੱਠੋ ਨਾ ਮੈਂ ਜਾਣਾ ਮੈਂ ਗੱਡੀ ਦਾ ਅਰੇਂਜ ਕਰਨਾ ਇਹ ਨਾ ਕੋਈ ਨਹੀਂ ਐਵੇਂ ਨਾ ਕੁਛ ਖਾਣੇ ਨਾ ਪੀਣੇ ਮੈਂ ਵਿਚਾਰੀਆਂ ਪਰੇਸ਼ਾਨ ਹੋਈਆਂ ਅਸਾਂ ਵੀ ਪਤਾ ਨਹੀਂ ਅਸਾਂ ਇਹਨਾਂ ਨੂੰ ਕੋਈ ਆਪਾਂ ਨੂੰ ਤੇ ਫੈਸਲਾਬਾਦ ਜਿਹੜਾ ਮਦੀਨਾ ਟਾਊਨ ਦੱਸਦੇ ਪੈਣ ਨਾ ਤੇ ਗਲੀ ਨੰਬਰ 5 ਦੱਸਦੇ ਪੈਣ ਆਪਾਂ ਚਲੇ ਜਸਾਂ ਦਜ਼ਹਿਰੀ ਗੱਲ ਅੱਗੇ ਪਤਾ ਚੱਲ ਜਾਏਗਾ ਸਾਰਾ ਸਾਰੀ ਬਾਤ ਬੱਚੇ ਆਪਣੇ ਇਲਾਕੇ ਨੂੰ ਪਛਾਣਦੇ ਹੀ ਹੋਣੀਆਂ ਨੇ ਚਲੋ ਅੱਲਾ ਬਿਹਤਰੀ ਕਰਸੀ ਮੈਂ ਚੁੱਪ ਕਰੋ ਮੇਰਾ ਨਹੀਂ ਨਹੀਂ ਬੇਟਾ ਤੋ ਅੱਜ ਬਿਲਕੁਲ ਤੁਸੀਂ ਪਹੁੰਚ ਜਾਣਾ ਫੈਸਲਾਬਾਦ ਇਹ ਸਾਰਾ ਕੁਝ ਤੁਹਾਡੇ ਵਾਸਤੇ ਕਰਦੇ ਪਏ ਮੇਰਾ ਬੱਚਾ ਸੀ ਮੈਂ ਗੱਡੀ ਤੇ ਤੁਹਾਨੂੰ ਲੈ ਕੇ ਜਾ ਰਿਹਾ ਹਾਂ ਤੇ ਮਦੀਨਾ ਟਾਊਨ ਪਹੁੰਚ ਕੇ ਤੁਹਾਡਾ ਪਤਾ ਕਰਕੇ ਤੁਹਾਨੂੰ ਘਰ ਪਹੁੰਚਾ ਕੇ ਸਾਣਾ ਚਲੋ ਬੈਠੋ 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 ਚਲੋ ਤੁਸੀਂ ਆ ਬੈਠੋ ਬੈਠੋ ਮੈਂ ਗੱਡੀ ਚਲਾਣਾ ਬੜਾ ਅਫਸੋਸ ਹੈ ਇਹਨਾਂ ਬੱਚਿਆਂ ਦਾ ਅੱਲਾ ਕਰੇ ਤੇ ਪਹੁੰਚ ਜਾਣ ਘਰ ਖੈਰ ਖੈਰ ਦੀ ਨਾ ਹਾਂ ਮੇਰਾ ਬੇਟਾ ਵੇਖ ਲਓ ਇਹੀ ਗਾ ਰਹੇ ਨੇ ਗੋੜਾ ਪੱਕੀ ਗੱਲ ਤੇ ਸੱਲੀ ਹੈ ਨਾ ਚਲੋ ਨੋਮੀ ਬਾਈ ਇਹੀ ਗਾ ਰਹੇ ਜਾਂਦਾ ਬਹੁਤ ਅੱਛੀ ਗੱਲ ਹੈ ਕਿ ਇਹਦਾ ਤੇ ਕਨਫਰਮ ਐਡਰੈਸ ਦੱਸੇ ਤੇ ਆਪਾਂ ਬਿਲਕੁਲ ਠੀਕ ਪਹੁੰਚ ਜਾਏ ਹਾਂ ਜੀ ਹਾਂ ਜੀ छड़वाया मुल्तान ਇਹ ਤੇ ਮਤਲਬ ਇਹ ਬਾਈ ਗਏ ਨੇ ਗੱਡੀ ਦਾ ਟਾਇਰ ਵਗੈਰਾ ਕੋਈ ਪੰਚਰ ਆਈ ਇਹਨਾਂ ਦਾ ਤੇ ਪੰਚਰ ਵਾਲੀ ਦੁਕਾਨ ਤੇ ਉੱਤੇ ਇਹ ਬੱਚੀਆਂ ਰੋ ਰਹੀਆਂ ਸੀਗੀਆਂ ਅੱਛਾ ਤੇ ਉੱਥੇ ਮਤਲਬ ਇਹਨਾਂ ਨੂੰ ਮਿਲਿਆ ਨੇ ਰੋਂਦੇ ਇਹਨਾਂ ਨੂੰ ਘਰ ਲੈ ਆਏ ਨੇ ਅੱਛਾ ਤੇ ਇਹਨਾਂ ਨੂੰ ਪੁੱਛਿਆ ਦੱਸਿਆ ਤੇ ਇਤਨਾ ਰੋ ਰੋ ਕੇ ਬੁਰਾ ਹਾਲ ਹੋਇਆ ਸੀ ਇਹਨਾਂ ਦਾ ਅਸੀਂ ਤੇ ਇਹਨਾਂ ਦਾ ਇਸ਼ਤਿਹਾਰ ਦਿਵਾਇਆ ਸੀ ਤੇ ਬੜਾ ਕੁਝ ਕੀਤਾ ਹੋਇਆ ਸੀ ਬਈ ਚਲੋ ਸਾਡੇ ਕੋ ਬੱਚੇ ਲੱਭ ਜਾਵੇ ਅਸੀਂ ਉਹਨਾਂ ਨੂੰ ਇਨਾਮ ਵੀ ਦੇਾਂਗੇ ਨੰਬਰ ਬੜੀ ਬੜੀ ਮਿਹਰਬਾਨੀ ਹੈ ਭਾਈ ਜਾਨ ਨਹੀਂ ਨਹੀਂ ਇਨਸਾਨੀਅਤ ਦੇ ਨਾਤੇ ਅਸੀਂ ਤਾਂ ਕੀਤਾ ਅਸੀਂ ਤਾਂ ਹਕੀਕਤ ਤੇ ਬੜੇ ਇਹਨਾਂ ਦੀ ਅੰਮੀ ਬਿਮਾਰ ਹੈ ਹਸਪੀਟਲ ਦਾਖਲ ਕਰਾਇਆ ਮੈਂ ਬੈਠਾ ਸੀ ਤੇ ਇੱਕ ਬੰਦੇ ਪਰੋਂ ਆਇਆ ਨਾ ਸੀ ਉਹਨੇ ਕਿਹਾ ਸੀ ਚੱਲਦੇ ਮਗੇ ਕਿਤੇ ਹੋਰ ਇਲਾਜ ਨੂੰ ਕਰਾਉਂਦੇ ਆ ਕਿਤੇ ਹੋਰ ਜਾਂਦੇ ਆ ਪਤਾ ਕਰਦੇ ਆ ਤੁਹਾਡੀ ਬੜੀ ਨਹੀਂ ਜਿਉਂ ਹੀ ਨਾ ਦੱਸੇ ਨਾ ਕੁਝ ਐਡਰੈਸ ਦੱਸਿਆ ਤੇ ਬਾਕੀ ਸਭ ਪੁੱਛ ਲਿਆ ਮੁਲਤਾਨ ਕਿਤਾ ਪਹੁੰਚ ਗਏ ਆ ਮੁਲਤਾਨ ਇਹ ਹੁਣ ਪਤਾ ਨਹੀਂ ਇਹਨਾਂ ਨੇ ਦੱਸਿਆ ਕਿ ਕਿਸੇ ਟਰੱਕ ਚ ਚੁਲਤੀਆਂ ਤੇ ਬਾਅਦ ਵਿੱਚ ਅਸੀਂ ਤੋਂ ਟਰੱਕ ਹੀ ਕਹਿੰਦੇ ਬਾਈ ਉਰੇ ਵੇਖਦਾ ਰਹਿ ਗਏ ਤੇ ਟਰੱਕ ਹੀ ਨਹੀਂ ਲੰਬਾ ਟਰੱਕ ਵਾਲਾ ਫੜ ਕੇ ਲੈਣਾ ਸੀ ਅੱਲਾ ਦਾ ਬੰਦਾ ਬਾਈ ਚਲੋ ਉਹਨਾਂ ਨੂੰ ਪੁਲਿਸ ਦੇ ਹਵਾਲੇ ਕਰਦਾ ਇਹ ਕਿਤੇ ਬਸ ਅਗਰ ਮੌਕੇ ਤੇ ਅਸਾਂ ਸਾਰਾ ਕੁਝ ਵੇਖਦੇ ਤਾਂ ਫੇਰ ਆਈ ਮੈਂ ਗਿਆ ਇਹ ਤੇ ਇਹਨਾਂ ਨੇ ਦੱਸਿਆ ਨਾ ਵੀ ਅਸੀਂ ਟਰੱਕ ਹੀ ਚੁਲਤੀਆਂ ਨਾ ਅੱਛਾ ਅੱਛਾ ਅਸੀਂ ਮੌਕੇ ਤੇ ਵੇਖਿਆ ਤਾਂ ਨਹੀਂ ਨਾ ਇਸ ਗੱਲ ਬੜੀ ਬਾਈ ਮਿਹਰਬਾਨੀ ਹੈ ਤੁਹਾਡੀ ਤੁਸੀਂ ਬੜੀ ਦੂਰ ਚੱਲ ਕੇ ਆਏ ਤੁਹਾਡੇ ਤੁਹਾਨੂੰ ਹਾਂਜੀ ਹਾਂਜੀ ਬਿਲਕੁਲ ਉਹ ਸਾਰਾ ਕੁਝ ਠੀਕ ਹੈ ਤੇ ਸਾਨੂੰ ਤੁਸੀਂ ਜਾਸਦੇ ਹੋ ਨਹੀਂ ਨਹੀਂ ਤੁਸੀਂ ਬੈਠੋ ਪਾਣੀ ਪੀਓ ਪਾਣੀ ਪੀ ਕੇ ਖਾਣਾ ਖਾ ਕੇ ਤੁਸੀਂ ਫੇਰ ਨਹੀਂ 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 ਤੁਸੀਂ ਨਹੀਂ ਅੰਕਲ ਤੁਸੀਂ
बेगम बीमार है इतने परेशान रह गए मशे तुहाडियां बच्चियां मिलियां तुसीं बच्चियां लैके ते हस्पताल जाओ बस की पानी बस पिला दो सानू असीं सादा पानी पिला मैं आखिर हेलो अस्सलामुअलैकुम डॉक्टर साहब क्या हाल है खैरियत थे बंदे दो मेरे को आ गए उन्होंने दवा छुआ दे बेहोश करते संभाल दिता है ठीक है ना इस टाइम तुम मेरे को आ जाओ तो उन्होंने अपनी डील उस नहीं होनी मैं अगर तुम दस 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 गुरदा एक दिता है हूँ मैं तुम्हें एक गुरदा 10 लाख का नहीं देना बिल्कुल नहीं देना नहीं तो मैं दूए बंदे मेरा रबता चलता पी है वो मेरे को 20 देना अगर तुम्हें 20 लेना मैं तुम्हें देना वरना मेरा थोड़ा डील नहीं चल सकती ठीक है ना जी हाँ जी हाँ जी हाँ जी हाँ बंदे बेहोश हैं बिल्कुल सुते पैन तुम आओ अपना काम करो तो उन्होंने मुड़ा पटोरा कराइए वो मुड़ा पता उन्होंने एम्बुलेंस छोड़ना पा कोई गल बंदे बड़े दूर दे चलो ये तो दो बेहोश हो गए साढ़ा काम तो हो गया ना 40 लाख साढ़ा खरा हो गया चलो शुक्र है इस फिर आप मौज मस्ती करते हैं है? बड़े आए थे बाल छोड़े सुनाओ हाँ फिट काम है इस फिर तुम बड़ा इनाम देना है थोड़े थोड़े तू कपड़े ला देने इस दफा दो बंदे तो अच्छा। ज्यादा ना मिलेगा इनाम तो अनु ढेर सारा दिशा है इंशाल्लाह ताला परेशान नहीं होना तो अगर तो भी इवे काम करना है ठीक है ना हाँ छट्टी हाँ फिट है ना जी हाँ बस डरना नहीं हाँ जी हो गया अस्सलाम वालेकुम नाज़रीन मैं हूं नुमान और आप देख रहे हैं नुमान टीवी नाज़रीन ये जो हमने स्टोरी बनाई रियल स्टोरी है और आपने देखा होगा ये ऐसे हमारे माशरे में हो रहा है तो आजकल ये जो ऐसे बच्चे आपके पास आते हैं कहते हैं कि हम मतलब कि अगवा हो के आए या हमें किसी ने अगवा किया इस तरह हम सोए पड़े थे फलां ट्रक से निकले फाटक बंद थी मतलब के 100 किस्म के मतलब के ऐसी बातें बनाते हैं और जो बेचारे एहसास करते हैं उनको घर तक पहुंचाने के लिए कि ताकि उनके वालदैन परेशान है परेशानी में हो उनकी परेशानी दूर हो जाए तो वो बेचारे एहसास करते करते वो खुद अजाब में फंस जाते हैं ये लोग उनको बुला के किडनैप करके उनकी किडनी वगैरह निकाल लेते हैं तो आप ऐसा हरगिज़ ना किया करें अगर आपके पास ऐसे कोई बच्चे आते हैं तो आप जो आपको मुतलका थाना है या आपके जो करीब उनसे रजू करें आप खुद इतना देखें ये जो अब मतलब माशरा है या जो ये टाइम चल रहा है ये वो पुराना टाइम था जो लोग एहसास करते थे और उसके बदले में लोग उनका एहसान मंद होते थे कि आपने हमारा जो काम किया है
ये आपने बहुत अच्छा काम किया है, लेकिन आजकल का जो दौर है हर बंदा चोर लुटेरा, हर बंदा मतलब किसी न किसी चक्कर में होता है कि किसी न किसी तरीके कोई बंदा फंसे, तो आप ऐसा हरगिज़ ना किया करें। बेहतरीन मतलब कि यही बात है कि अगर कोई भी आता है तो आप मुतलका थाना जो आपके करीब हो उससे रजू करें या 15 पे कॉल करें, उन्हें बताएं कि ये मसला है, इस तरह का इशू है, तो आप ये हल करें। ये पुलिस का काम है, वही करें, आप खुद ना आगे हुआ करें। मजीद मैडम मिठी है, उनसे बोलूंगा कि वो क्या कमेंट करेंगी। मैं यही कहूंगी कि जैसे आपने देखा कि बच्चियां आई जी, हमें अगवा कर लिया गया, इन्होंने जैसे स्टोरी सुनाई हम लोग इमोशनल हो गए कि वाकई भी पता नहीं बच्चियां सच्ची मुची अगवा हो गई हैं, इनके साथ ये मसला बन गया है, और मुल्तान से फैसलाबाद तक का हमने ट्रैवल किया। तो आप ये देखें कि कोई भी वालदैन इतने, यानी कि पहले तो इतना कोई भी होता नहीं है कि अपने बच्चों से इतना गाफिल हो जाए कि उन्हें छोड़ के बाजार में ऐसे चला जाए। दूसरा, अगर ऐसा कोई मसला बन भी जाता है बाई चांस, तो आप सबसे पहले जो है ना पुलिस से रुजू करें, जो हमारे इलाके की पुलिस होती है 15 करें, उन्हें बताएं किस तरह हमें बच्चे जो हैं वो गुमशुदा मिले हैं। ठीक है, आपकी ये भी नेकी ही गिनी जाएगी, ठीक है, जो आप पुलिस को इतला करेंगे वो भी आपकी एक नेकी ही गिनी जाएगी, अगर दर हकीकत वाकई वो बच्चे अगवा शुदा हैं या गुम हुए हैं। और अगर ऐसा नहीं है तो इसमें भी आपका बहुत बेहतरीन एक किरदार होगा, क्योंकि आप ऐसे गिरोह जो अब निकले हुए हैं, पहले तो हम सुनते थे कि बड़े लोग बच्चों को अगवा कर रहे हैं, अब उल्टा दौर चल पड़ा है कि बच्चे बड़ों को अगवा कर रहे हैं, ठीक है ना। तो इसमें भी आपका बहुत अच्छा एक किरदार होगा कि अगर आप 15 कर दें, पुलिस को इतला कर दें कि वो गिरोह पकड़ने में आपकी मदद होगी पुलिस को, ठीक है ना। तो आप खुद मोहतात रहा करें, क्योंकि पता नहीं दुनिया को हो क्या गया है कि हर बंदे को नफ्सो नफ्सी पड़ गई है, हर बंदा कहता है कि नहीं बस मुझे पेट लगा हुआ है, बस मैं ही मैं हूँ, दुनिया में दूसरा इंसान है ही नहीं, इंसान को इंसान समझ ही नहीं रहा, खून आजकल सफ़ेद हो गए हैं। तो आप मेहरबानी किया करें, मोहतात रहा करें इन चीज़ों से, ठीक है, अपने बच्चों का भी ख्याल करें, अपना भी ख्याल करें। इंशाल्लाह एक और वीडियो के साथ मिलते हैं, अब तक के लिए इजाजत चाहते हैं। नुमान टीवी जिंदाबाद, पाकिस्तान जिंदाबाद।